ਹਲਕੇ ਦੇ ਪਿੰਡਾਂ ਭੰਡੋਰੀ ਰਣ ਸਿੰਘ ਵਿਖੇ ਚਰਨਜੀਤ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 500 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕਰ ਲਈ ਹੈ। ਇਸੇ ਤਰ੍ਹਾਂ ਪਿੰਡ ਮੀਆਂਪੁਰ ਤੋਂ ਅੰਮ੍ਰਿਤਪਾਲ ਸਿੰਘ ਨੇ ਚੋਣ ਜਿੱਤੀ। ਚੋਣ ਜਿੱਤਣ ਦੀ ਖੁਸ਼ੀ ਚ ਚਰਨਜੀਤ ਸਿੰਘ ਰੰਧਾਵਾ ਤੇ ਅੰਮ੍ਰਿਤਪਾਲ ਸਿੰਘ ਦੇ ਘਰ ਵਧਾਈ ਦੇਣ ਵਾਲਿਆਂ ਦੀ ਵੱਡੀ ਭੀੜ ਇਕੱਠੀ ਹੋ ਗਈ। ਇਸ ਮੌਕੇ ਉਮੀਦਵਾਰਾਂ ਨੇ ਸਮੂਹ ਨਗਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਪਿੰਡ ਵਾਸੀਆਂ ਨੇ ਮੈਨੂੰ ਦਿੱਤੀ ਹੈ ਉਸ ਨੂੰ ਅਸੀਂ ਤਨਦੇਹੀ ਦੇ ਨਾਲ ਨਿਭਾਵਾਂਗੇ ਅਤੇ ਪਿੰਡ ਦੇ ਲੋਕਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਵਾਂਗੇ। ਹਾਂਜੀ, ਮੈਂ ਬਹੁਤ ਜ਼ਿਆਦਾ ਆਪਣੇ ਪਿੰਡ ਦਾ ਧੰਨਵਾਦ ਕਰਨਾ ਚਾਹੁੰਦਾ ਵਾਂ ਤੇ ਜਿਹੜਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਮੈਨੂੰ ਇੰਨੀ ਵੋਟ ਦੀ ਲੀਡ ਨਾਲ ਜਿਤਾਇਆ। ਪੂਰੀ ਨਿਭਾਊਂਗਾ, ਪੂਰੀ ਸਦਾ ਇਹਨਾਂ ਦੇ ਨਾਲ ਆ, ਮਾੜੇ ਵੇਲੇ ਜਾਂ ਚੰਗੇ ਵੇਲੇ ਇਹਨਾਂ ਦੇ ਨਾਲ ਆ, ਸਦਾ ਪਿੰਡ ਦੇ ਨਾਲ ਆ, ਜਾਣ ਹਾਜ਼ਰ ਆ। ਜਿੱਤ ਕੇ ਆਪਾਂ ਸਾਰਾ ਪਿੰਡ ਦਾ ਵਿਕਾਸ ਕਰਾਵਾਂਗੇ, ਕਿਸੇ ਵੀ ਪੱਖੋਂ ਪਿੰਡ ਨੂੰ ਵਾਂਝਾ ਨਹੀਂ ਰਹਿਣ ਦੇਵਾਂਗੇ। ਬਹੁਤ ਹੀ ਬੜੀ ਮਹਾਰਾਜ ਨੇ ਕਿਰਪਾ ਕੀਤੀ ਆਪਣੀ 26 ਸਾਲ ਦੀ, 26 ਪਿੰਡ ਨੇ ਬਹੁਤ। ਕਿਹੜੇ ਪਿੰਡ ਤੋਂ ਤੁਸੀਂ ਇਸ ਤਰ੍ਹਾਂ ਇਲੈਕਸ਼ਨ ਲੜੀ ਆ, ਕੀ ਨਾਂ ਜੀ ਤੁਹਾਡਾ ਤੇ ਕੀ ਇਹਨਾਂ ਦੀ ਜਿਹੜੇ ਵੋਟਾਂ ਪਾਈਆਂ ਕੀ ਕਹਿਣਾ ਚਾਹੁੰਦੇ ਜੀ? ਮੇਰਾ ਨਾਂ ਚਰਨਜੀਤ ਸਿੰਘ ਜੀ ਆ ਜੀ, ਰੰਧਾਵਾ, ਅਤੇ ਪੰਡੋਰੀ ਰਣ ਸਿੰਘ ਤੋਂ ਇਲੈਕਸ਼ਨ ਲੜੀ ਆ ਜੀ ਮੈਂ। ਅਤੇ ਮੈਂ ਵੋਟਰਾਂ ਦਾ, ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਇੰਨੀ ਵੋਟ ਪਾ ਕੇ ਪਿਆਰ ਦੇ ਕੇ ਕਾਮਯਾਬ ਕੀਤਾ, ਕਾਂਗਰਸ ਪਾਰਟੀ ਦਾ ਕਾਮਯਾਬ ਵੀ ਕੀਤੀ ਹੈ ਨਾ, ਇਹਨਾਂ ਵੀਰ ਭਰਾਵਾਂ ਨੇ ਜਿਨ੍ਹਾਂ ਮੈਨੂੰ ਵੋਟਾਂ ਪਾ ਕੇ ਕਾਮਯਾਬੀ ਦਿੱਤੀ ਆ, ਇਹਨਾਂ ਨੇ ਜਿਹੜੀਆਂ ਉਮੀਦਾਂ, ਜੋ ਵੀ ਮੇਰੇ ਕੋਲ ਵੱਧ ਤੋਂ ਵੱਧ ਹੋ ਸਕਿਆ ਇਹਨਾਂ ਦਾ, ਮੈਂ ਵੱਧ ਤੋਂ ਵੱਧ ਵਿਕਾਸ ਜੋ ਵੀ ਮੇਰੇ ਕੋਲ ਹੋ ਸਕਿਆ ਕਰੂੰਗਾ ਜੀ। ਇਹਦੇ ਵਾਸਤੇ ਤੁਸੀਂ ਆਪਣੀ ਪਾਰਟੀ ਦੇ ਕਿਹੜੇ ਕਿਹੜੇ ਬੰਦੇ ਦਾ ਧੰਨਵਾਦ ਕਰਨਾ ਚਾਹੁੰਦੇ ਜੀ? ਮੇਰੇ ਜੀ ਸਾਰੇ ਬੰਦੇ ਧੰਨਵਾਦ ਯੋਗ ਆ ਜੀ ਜਿੰਨੇ ਮੇਰੇ ਹੈਗੇ ਸਾਰੇ, ਕਾਂਗਰਸ ਪਾਰਟੀ ਦੇ ਸਾਡੇ MLA ਸਾਹਿਬ ਅਗਨੀਹੋਤਰੀ ਸਾਹਿਬ, ਉਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਜਿਨ੍ਹਾਂ ਮੈਨੂੰ ਟਿਕਟ ਦੇ ਗਏ ਇੱਥੋਂ ਪੰਡੋਰੀ ਰਣ ਸਿੰਘ ਸਰਪੰਚੀ ਆ ਅਤੇ ਖਿਲਾਰਿਆ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਕਾਂਗਰਸ ਪਾਰਟੀ ਦਾ ਜੀ।